웃긴 뒤에. म्याऊ म्याऊ कर दो कर दो क्या आजू म्याऊ क्या म्याऊ देखियो म्याऊ करे तो कैट कहते दुद्ध तो पाने नहीं मेरा म्याऊ म्याऊ कराता है इन्हें। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ 'ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਅੱਜ ਆ ਰਹੇ ਜੀ ਚੰਡੀਗੜ੍ਹ ਮੇਰੇ ਨਾਲ ਉਸਤਾਦ ਜੀ ਆ ਚੁੱਕੇ ਆ ਉਸਤਾਦ ਜੀ ਨੂੰ ਮੈਂ ਪਿੱਕ ਕਰ ਲਿਆ ਸੀ ਅਤੇ ਇਹ ਮਸਾਂ ਹੀ ਟਾਈਮ ਕੱਢਿਆ ਇਹਨਾਂ ਨੇ ਸਾਡੇ ਨਾਲ ਕੰਮ ਕਰਵਾਉਣ ਦਾ ਬਹੁਤ ਉਡੀਕ ਸੀ ਸਾਨੂੰ ਕਾਫੀ ਟਾਈਮ ਤੋਂ ਸੋ ਦੇਖਦੇ ਹਾਂ ਕੀ ਬਣਦਾ ਕਿੰਨੇ ਦਿਨ ਸਾਡੇ ਕੋਲ ਰਹਿੰਦੇ ਆ ਅਤੇ ਖੁੱਲ੍ਹਾ ਟਾਈਮ ਕੱਢ ਕੇ ਆਇਆ ਕਹਿੰਦੇ ਤੁਹਾਡੇ ਨਾਲ ਜਿੰਨੇ ਦਿਨ ਕਹੋਗੇ ਉਨੇ ਤਾਂ ਰਵਾਂਗੇ ਅੱਜ रामपुरे आके करवानी पई सानू तू दंद कदों कड्डे पहले दस ਵੀਡੀਓ ਬਣਾਉਣਾ ਪਿਆ ਕਿਵੇਂ ਪੈਂਦਾ ਹਾਂ ਤੇ ਉਹ ਪੁੱਠਾ ਪੈਣਾ ਵੀ ਨਹੀਂ ਜੇ ਤੂੰ ਪਾਏਗਾ ਵੀ ਤੇ ਪੁੱਠਾ ਕਾਹਤੋਂ ਪਾਉਣਾ ਆਪਾਂ ਤਾਂ ਤੇ ਤਾਂ ਤੂੰ ਉਹੀ ਦੇਣਾ ਪੈਂ ਕਿ ਪੈਂਦਾ ਯਾਰ ਪੁੱਠਾ ਆਪਾਂ ਪਾਉਣਾ ਹੀ ਕਾਹਤੋਂ ਹੈ ਠੀਕ ਹੈ ਓਕੇ ਵੀਰੇ ਲੋ ਜੀ ਸਰਵਿਸ ਕਰਾ ਲਈ ਅਸੀਂ ਵਿੱਚ ਦੀ ਤੇ ਹੁਣ ਚੱਲੇ ਆ ਚੰਡੀਗੜ੍ਹ ਨੂੰ ਬਸ ਭੁੱਖ ਲੱਗੀ ਆ ਤੇ ਖਾਣਾ ਵੀ ਆ ਦੇਖਦੇ ਆ ਪਹਿਲਾਂ ਖਾਂਦੇ ਆ ਬਰਨਾਲੇ ਰੁਕਾਂਗੇ ਉੱਥੇ ਜਿੱਥੇ ਪਿਛਲੀ ਵਾਰ ਰੁਕੇ ਸੀ ਕਾਫੀ ਕੁਛ ਆ ਨਿਕ ਪਿਕ ਪਹਿਲਾਂ ਉਹ ਤੋਂ ਤਾਂ ਪਹਿਲੇ ਘਰ ਚੱਲੇ ਨਾ ਉੱਥੇ ਚਲੋ ਉੱਥੇ ਖਾਣੇ ਪੀਣੇ ਆ ਫਿਰ ਤੁਹਾਨੂੰ ਵੀ ਖਾਣੇ ਲੋ ਜੀ ਪਹੁੰਚ ਗਏ ਅਸੀਂ ਨਿਕ ਬੇਕਰ ਖਾਂਦੇ ਆ ਕੁਛ ਸਭ ਤੋਂ ਪਹਿਲਾਂ ਤਾਂ ਅਸੀਂ ਜੀ ਲਓ ਜੀ ਖਾਣਾ ਪੀਣਾ ਹੋ ਗਿਆ ਡਨ ਅਤੇ ਹੁਣ ਚੰਡੀਗੜ੍ਹ ਦੀ ਤਿਆਰੀ ਆ ਸਾਡੇ ਟੱਪ ਕੇ ਯੂਨੀਵਰਸਿਟੀ ਪਟਿਆਲਾ ਅਤੇ ਬਸ ਹੁਣ ਤਾਂ ਨੇੜੇ ਆ ਵੈਸੇ ਹੋਰ ਕਿਲੇ ਗੱਲਾਂ ਜਿਹੜਾ ਨਾ ਡਰਾਈਵ ਕਰੇ ਅਤੇ ਨਾਲ ਵਾਲੀ ਸੀਟ 'ਤੇ ਬੰਦਾ ਬੈਠਾ ਹੋਵੇ ਨਾ ਇਹ ਸਵਾਲ ਤਾਂ ਸਾਲਾ ਆਉਂਦਾ ਹੀ ਨਹੀਂ ਇਹ ਤੈਨੂੰ ਤਾਂ ਇਹ ਸਾਨੂੰ ਨਹੀਂ ਆਉਂਦਾ ਤੈਨੂੰ ਉਹਨਾਂ ਨੇ ਇੱਥੇ ਜਵਾਬ ਬਹਿ ਕੇ ਬਾ ਵਧੀਆ ਤੂੰ ਨਾਲ ਸਾਡੇ ਰਿਹਾ ਕਰ ਤੂੰ ਤਾਂ ਗੱਡੀ ਚਲਾਇਆ ਕਰ ਮੈਂ ਬੈਠਾ ਕਰ ਆਰਾਮ ਨਾਲ ਹਾਂ 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 ਬੈਠਾ ਹੈ ਹੈਂ ਤੁਹਾਡੇ ਹੱਥ ਪੈਰ ਹੀ ਪਤਾ ਨਹੀਂ ਕਿਹੋ ਜਿਹੇ ਟਿੱਕੇ ਪੈਂਦੇ ਮਜ਼ਾ ਆ ਜਾਂਦਾ ਵੇ ਜਿਹੜੇ ਮੇਰੇ ਵਲੌਗ ਦੇਖਦੇ ਹੋਣੇ ਇਹ ਵੀ ਕਹਿੰਦੇ ਕੁੰਨਾ ਵਿਹਲਾ ਯਾਰ ਕਿਤੇ ਤੁਰਿਆ ਫਿਰਦਾ ਕਦੇ ਕਿਤੇ ਤੁਰਿਆ ਫਿਰਦਾ ਕਦੇ ਮੀਟਿੰਗਾਂ 'ਤੇ ਆ ਕਦੇ ਕਿਤੇ ਆ ਕੀ ਕਹੀਏ ਕੀ ਦੱਸੀਏ ਵੀ ਕੀ ਕਰਦੇ ਆ ਆਪਣਾ ਕੰਮ ਹੀ ਐਕਚੁਅਲ 'ਚ ਇਹ ਆ ਨਾ ਹੈ ਨਾ ਮੈਂ ਪਤਾ ਕੀ ਹੈ ਮੈਂ ਪਹਿਲਾਂ ਰੋਜ਼ ਸੋਚਦਾ ਸੀ ਵਲੌਗ ਪਾਇਆ ਕਰੂੰਗਾ ਹੈ ਨਾ ਯਾਦਾਂ ਜਿਹੀਆਂ ਰਹਿੰਦੀਆਂ ਵੀ ਕਿੱਥੇ ਕੀ ਕਰਦੇ ਹਾਂ ਅਤੇ ਪਰ ਉਹ ਸੇਮ ਸੇਮ ਦਿਖਾਉਣਾ ਵੀ ਮੈਨੂੰ ਉਵੇਂ ਹੀ ਲੱਗਦਾ ਵੀ ਸਾਡਾ ਕੀ ਕਹੀਏ ਵੀ ਰੋਜ਼ ਮੀਟਿੰਗ 'ਤੇ ਹੈ ਹੈ ਨਾ ਗੱਲਾਂ ਗੱਲਾਂ ਤਾਂ ਸਾਰਿਆਂ ਨੇ ਪੈਂਦਾ ਹੀ ਆ ਮੀਟਿੰਗਾਂ ਚੱਕਰ 'ਚ ਨਾ ਵੀ ਪ੍ਰੋਜੈਕਟ ਜਿਹੜੇ ਹੁੰਦੇ ਆ ਚਲੋ ਪਰ ਜਿਵੇਂ ਜਿਵੇਂ ਹੁਣ ਮੈਨੂੰ ਲੱਗਦਾ ਵੀ ਅੱਜ ਵਲੌਗ ਬਣਾ ਦਈਏ ਤਾਂ
पर कोशिश करूंगा मैं डेली पाया करा आजा जहाँ वीडियो बना करके हो एडिटिंग का भी शौक है सारी यूनिवर्सिटियां बंद कर दी चहल पहल जी खत्म ही हो पी है चलो की कह सकते हम करोना मैं सुनावा लो जी असी पहुंच गए मोहाली ते मिलना सीगा हाजी वीरे नूं ते हाजी आउंदा इत्थे ते अगले नैक्सट प्रोजेक्ट की प्लानिंग करनी है आजा जो डेंटिंग पेंटिंग खत्म हो गई होवे ते आ जाओगे सर लो जी हाजी वीरे नूं मिल के आ गए वापस ते हुण जाना हैगा घर जाके कुछ खाने आ लेकिन बाऊ जी कहिंदे की कहिंदे बारबेक्यू खाना है बारबेक्यू और अलांटे वाला वो खा के आई है कुकड़ू वाला कुकड़ू वाला कुकड़ू वाला कुकड़ू वाला पायरेट्स ऑफ ग्रिल ना ना एक कुकड़ू वाला जेड़ा कुकड़ू वाला है शाम नूं मैं इत्थे चंडीगढ़ पहुंच गया सीगा ते ओह सेम रूटीन सीगी तां करके मैं वीडियो रिकॉर्ड नहीं कीती हुण जाना हैगा वापस बठिंडे नूं ते सब तों पहला पवाउणा सीगा तेल मैं कहा चल पहला ਗੱਡੀ 'ਚ ਤੇਲ ਪਵਾਈਏ ਅਤੇ ਫਿਰ ਚੱਲਦੇ ਹਾਂ ਹੈ ਨਾ ਹਵਾ ਹੁਵਾ ਚੈੱਕ ਕਰਾਉਣੀ ਅਗਲੇ ਟਾਇਰਾਂ 'ਚ ਨਾ ਹਵਾ ਵੀ ਘੱਟ ਲੱਗਦੀ ਮੈਂ ਥੋੜ੍ਹੀ ਜਿਹੀ ਅਤੇ ਚਲੋ ਪਹਿਲਾਂ ਤੇਲ ਪਵਾਈਏ ਫਿਰ ਨਿਕਲਦੇ ਹਾਂ ਕਾਫੀ ਦਿਨਾਂ ਬਾਅਦ ਵਲੋਗਿੰਗ ਕਰਨੀ ਸਟਾਰਟ ਕਰ ਰਹੇ ਕਿਉਂਕਿ ਨਾ ਡੇਲੀ ਜੋ ਰੂਟੀਨ ਹੁੰਦੇ ਆ ਨਾ ਉਹ ਦਿਖਾਉਣੇ ਮੈਨੂੰ ਚੰਗੇ ਨਹੀਂ ਲੱਗਦੇ ਵੀ ਸੇਮ ਸੇਮ ਰੋਜ਼ ਮੀਟਿੰਗ ਇੱਥੇ ਚਲਾ ਗਿਆ ਉਹ ਨਾਲ ਮੀਟਿੰਗ ਕਰ ਲਈ ਕਾਫੀ ਟਾਈਮ ਦਾ ਨਾ ਕੰਮ ਪੈਂਡਿੰਗ ਪਏ ਸੀ ਅਤੇ ਸੋ ਮੈਂ ਜ਼ੋਰ ਕੰਮ ਨਿਬੇੜਨ 'ਤੇ ਲਾਇਆ ਪਹਿਲਾਂ ਮੈਂ ਕਿਹਾ ਵਲੋਗਿੰਗ ਤਾਂ ਨਾਲ ਨਾਲ ਕਰਦੇ ਰਹਾਂਗੇ ਇੱਕ ਵਾਰੀ ਕੰਮ ਸਮੂਥ ਹੋ ਜਾਣਾ ਸੋ ਚਲੋ ਸਭ ਤੋਂ ਪਹਿਲਾਂ ਤੇਲ ਪਵਾਈਏ ਗੱਡੀ 'ਚ ਫਿਰ ਗੱਲ ਕਰਦੇ ਹਾਂ ਮੀਂਹ ਪਈ ਜਾਂਦਾ ਯਾਰ ਇੱਥੇ ਪੂਰਾ ਘੈਂਟ ਪਾ ਦਿਓ ਚੱਕ ਦਿਓ ਛੋਟੇ ਤੇਲ ਤਾਂ ਪਵਾ ਲਿਆ ਹੁਣ ਅਤੇ ਹਵਾ ਵੀ ਚੈੱਕ ਕਰਾ ਹੀ ਲਈਏ ਪਤਾ ਨਹੀਂ ਕੀ ਗੱਲ ਹੈ ਹਵਾ 'ਚ ਨਾ ਅਗਲੇ ਟਾਇਰਾਂ 'ਚ ਹਵਾ ਘੱਟ ਰਹਿੰਦੀ ਆ ਸੋ ਚਲੋ ਦੇਖਦੇ ਹਾਂ बारिश भी बहुत तेज हो गई है मीह पैन करके मैं लगता कोई है ही नहीं आ जाओ भरावो कितने हो आ जा भाई छतरी लेके आई जाता वीरे पैंती पैंती कर दो ਬਾਨਾ ਮੀਂਹ ਬਹੁਤ ਪਈ ਜਾਂਦਾ ਯਾਰ ਤਾਂ ਕਰਕੇ ਮੈਂ ਬਾਹਰ ਹੀ ਨਿਕਲਿਆ ਅੰਦਰ ਬੈਠੀ ਬਾਈ ਤਾਂ ਦੇਖੋ ਛਤਰੀ 'ਚ ਹੈ ਅਤੇ ਆਪਾਂ ਜ਼ਰੂਰ ਹੀ ਭੇਜਣਾ ਉਹ ਭਰਾ ਲਈਏ ਪੈਂਤੀ ਪੈਂਤੀ ਚੰਡੀਗੜ੍ਹ ਨਾ ਉਈ ਸੋਹਣਾ ਜਿਹਾ ਲੱਗੀ ਜਾਂਦਾ ਦੇਖੋ ਜਿਹਦੇ ਮੌਸਮ 'ਚ ਜਾਂ ਸ਼ਾਮ ਨੂੰ ਨਾ ਗ੍ਰੀਨਰੀ ਜੀ ਬਹੁਤ ਵਧੀਆ ਲੱਗਦੀ ਹੈ ਚੰਡੀਗੜ੍ਹ ਦੀ ਚੰਗੀ ਤਰ੍ਹਾਂ ਚੈੱਕ ਕਰ ਲਈ ਨਾ ਠੀਕ ਹੈ ਵੀਰੇ ਥੈਂਕ ਯੂ ਕੈਮਰਾ ਹੋ ਗਿਆ ਸੈੱਟ ਤੁਸੀਂ ਦੇਖੋ ਬਾਹਰਲਾ ਨਜ਼ਾਰਾ ਮੀਂਹ ਦਾ ਚੰਡੀਗੜ੍ਹ 'ਚ ਅਤੇ ਨਿਕਲੀਏ ਟਾਈਮ ਕਾਫੀ ਹੋ ਚੁੱਕਿਆ ਟਾਈਮ 2:13 ਹੋ ਗਏ ਅਤੇ ਇਸ ਟਾਈਮ ਹੈਗਾ ਮੈਂ 10 ਸੈਕਟਰ 'ਚ ਚਲੋ ਨਿਕਲੀਏ ਆਪਣਾ ਚੰਡੀਗੜ੍ਹ ਕ੍ਰੋਸ ਕਰ ਲਈਏ ਫਿਰ ਕਰਦੇ ਹਾਂ ਗੱਲਬਾਤ ਮੀਂਹ ਬਹੁਤ ਜ਼ਿਆਦਾ ਆ
ਗੱਡੀ ਐਂਟਰ ਕਰ ਗਏ ਆ ਤੇ ਇੱਥੇ ਮਾਸਕ ਦਾ ਕੋਈ ਚੱਕਰ ਹੀ ਨਹੀਂ। ਲਾ ਦਿਓ ਮਾਸਕ, ਸਾਹ ਤਾਂ ਸੌਖਾ ਆਵੇ ਭਰਾਵਾ, ਬਹੁਤ ਔਖਾ। ਚੰਡੀਗੜ੍ਹ 'ਚ ਤਾਂ ਹਰੇਕ ਥਾਂ 'ਤੇ ਜਾਣਾ ਮਾਸਕ ਤੁਹਾਡੇ ਮੂੰਹ 'ਤੇ ਛਿੱਕਲੀ ਚੜ੍ਹੀ ਹੋਣੀ ਚਾਹੀਦੀ ਆ, ਇੱਥੇ ਨਹੀਂ ਵੀ ਚੱਕਰ। ਮੌਸਮ ਬਹੁਤ ਵਧੀਆ ਹੋਇਆ ਪਿਆ ਅਤੇ ਮੈਂ ਰੁਕਿਆ ਜੀ ਇੱਕ ਢਾਬੇ 'ਤੇ, ਚਾਹ ਪੀ ਲਈਏ ਥੋੜ੍ਹੀ ਜਿਹੀ, ਚਾਹ ਭੁੱਖ ਵੀ ਲੱਗੀ ਹੈ, ਥੋੜ੍ਹਾ ਕੁਛ ਖਾ ਵੀ ਲਵਾਂਗੇ। ਉਹ ਢਾਬੇ ਵਾਲੇ ਨੇ ਤਾਂ ਅਮਿਤਾਭ ਬੱਚਨ ਅਤੇ ਦਲਜੀਤ ਨੂੰ ਵੀ ਬਿਠਾ ਰੱਖਿਆ, ਕਿਆ ਬਾਤ ਹੈ। ਲਓ ਜੀ ਹੋ ਗਏ ਚਾਰ ਦੁਬਾਰਾ, ਕੌਫੀ ਵੀ ਪੀ ਲਈ ਹੈ ਅਤੇ ਟਿੱਕੀ ਵੀ ਖਾ ਲਈ, ਚੱਲਦੇ ਹਾਂ ਵਾਪਸ। ਹੁਣ ਪਿਆ ਤਕਰੀਬਨ ਰਹਿ ਗਿਆ ਜੀ ਮੇਰਾ 130 ਕਿਲੋਮੀਟਰ ਦੇ ਨੇੜੇ ਤੇੜੇ, ਅਤੇ ਦੇਖੋ ਕੱਢਦੇ, ਟਾਈਮ ਵੀ ਵਾਹ ਹੋ ਗਿਆ, ਚੱਲੀਏ ਫਿਰ। ਮਹਿਰਾਮਤ ਲੋ ਜੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪਿੱਛੇ ਤੁਸੀਂ ਵੀਡੀਓ 'ਚ ਦੇਖਿਆ ਹੀ ਹੋਣਾ ਕਿ ਅਸੀਂ ਇੱਕ ਵੀਡੀਓ ਸ਼ੂਟ ਲਈ ਸਪੈਸ਼ਲੀ ਗਏ ਸੀਗੇ, ਸੋ ਕਿਸੇ ਟੈਕਨੀਕਲ ਇਸ਼ੂ ਕਰਕੇ ਕੈਂਸਲ ਹੋ ਗਿਆ ਸੀਗਾ। ਉਦੋਂ ਮੁੜ ਕੇ ਅਸੀਂ ਵਾਪਸ ਵੀ ਆ ਗਏ ਹਨ, ਵਾਪਸ ਆਉਣ ਤੋਂ ਬਾਅਦ ਕਾਫੀ ਦਿਨਾਂ ਬਾਅਦ ਮੈਂ ਵਾਪਸ ਜਾ ਰਿਹਾ ਹੈਗਾ ਚੰਡੀਗੜ੍ਹ, ਅੱਜ ਉਹੀ ਸ਼ੂਟ ਹੈ ਕੰਪਲੀਟ ਕਰਨਾ ਅਤੇ ਅੱਜ ਕੋਈ ਜ਼ਿਆਦਾ ਗੱਲਾਂ ਨਹੀਂ ਕਰਾਂਗੇ। ਮੈਨੂੰ ਲੱਗਦਾ ਪਿੱਛੇ ਵੀਡੀਓ ਕਾਫੀ ਲੰਬੀ ਹੋ ਗਈ ਹੋਣੀ ਹੈ ਤਾਂ ਮੈਨੂੰ ਐਡਿਟ ਕਰਨ ਦਾ ਟਾਈਮ ਵੀ ਨਹੀਂ ਮਿਲਿਆ, ਤਾਂ ਐਡਿਟ ਕਰਕੇ ਮੈਂ ਪਾਉਣਾ ਉਹ। ਅੱਜ ਮੈਂ ਇਕੱਲਾ ਹੀ ਹਾਂ, ਪਿਛਲੀ ਵਾਰੀ ਸੁਖਜੀਤ ਵੀਰਾ ਸੀਗਾ, ਲੇਕਿਨ ਅੱਜ ਇਕੱਲੇ ਨੂੰ ਹੀ ਜਾਣਾ ਪੈਣਾ ਹੈ ਸ਼ੂਟ 'ਤੇ। ਅਤੇ ਚਲੋ ਅੱਜ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਦੇ ਆਪਾਂ, ਅਤੇ ਸਿੱਧਾ ਚੱਲਦੇ ਹਾਂ ਸ਼ੂਟ 'ਤੇ ਅਤੇ ਦਿਖਾਉਣੇ ਆ। ਲਓ ਜੀ ਆਪਾਂ ਪਹੁੰਚ ਗਏ ਹਾਂ ਲੋਕੇਸ਼ਨ 'ਤੇ, ਸੋ ਚਲੋ ਚੱਲਦੇ ਹਾਂ ਅੰਦਰ ਅਤੇ ਦੇਖਦੇ ਹਾਂ ਕੀ ਹੋਈ ਜਾਂਦਾ। ਸ਼ੂਟ ਚੱਲੀ ਜਾਂਦਾ ਜੀ ਪਿੱਛੇ, ਅਤੇ ਹਾਲੇ ਸਭ ਕੁਛ ਨਹੀਂ ਦਿਖਾ ਸਕਦੇ, ਜਦੋਂ ਵੀਡੀਓ ਬਹੁਤ ਜਲਦੀ ਆ ਰਹੀ ਹੈਗੀ ਆ ਤੁਹਾਨੂੰ ਉੱਥੇ ਦਿਖਾਵਾਂਗੇ ਕੀ ਹੈ, ਅਤੇ ਦਿਖਾਉਣਾ ਤੁਹਾਨੂੰ ਥੋੜ੍ਹੀ ਥੋੜ੍ਹੀ ਝਲਕਾਂ ਵੈਸੇ, ਬਟ ਉਵੇਂ ਨਹੀਂ ਪ੍ਰੋਪਰ ਨਹੀਂ ਦਿਖਾ ਸਕਦੇ, ਉਹ ਪ੍ਰੋਪਰ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ। ਹਾਂਜੀ ਸ਼ੂਟ ਚੱਲੀ ਜਾਂਦਾ ਸਾਡਾ, ਅਤੇ ਹਾਜੀ ਵੀਰਾ ਤੁਹਾਨੂੰ ਮੈਂ ਪਿਛਲੀ ਵਾਰ ਵੀ ਮਿਲਾਉਣਾ ਰਹਿ ਗਿਆ ਸੀ ਹੈ ਨਾ, ਵੀਰੇ ਦਾ ਸੌਂਗ ਪਹਿਲਾਂ ਵੀ ਆ ਚੁੱਕਿਆ, ਮੰਗਣਾ ਗਾਣਾ ਆ ਚੁੱਕਿਆ ਅਤੇ ਝਾਂਜਰਾ ਗਾਣਾ, ਜਿਹਨੇ ਨਹੀਂ ਚੈੱਕ ਕੀਤਾ ਉਹ ਜਲਦੀ ਜਾ ਕੇ ਨੀਚੇ ਡਿਸਕ੍ਰਿਪਸ਼ਨ 'ਚ ਮੈਂ ਉਹਦਾ ਲਿੰਕ ਦਊਂਗਾ, ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਅਗਲੇ ਗਾਣੇ ਦਾ ਸ਼ੂਟ ਸਾਡਾ ਚੱਲ ਰਿਹਾ ਹੈਗਾ, ਉਹਦਾ ਸਾਰਾ ਕੁਛ ਅਸੀਂ ਬਹੁਤ ਜਲਦੀ ਰਿਵੀਲ ਕਰਾਂਗੇ। ਕਿਉਂ ਕਿੱਦਾਂ ਨਜ਼ਾਰਾ ਆ ਰਿਹਾ? ਬਹੁਤ ਘੈਂਟ ਗਾਣਾ, ਘੈਂਟ ਹੈ ਗਾਣਾ ਵੀ, ਘੈਂਟ ਅਤੇ ਸ਼ੂਟ ਵੀ ਬਹੁਤ ਘੈਂਟ ਹੋ ਰਿਹਾ। ਹਾਂ ਅਤੇ ਬਹੁਤ ਜਲਦੀ ਤੁਹਾਨੂੰ ਮਿਲਦੇ ਹਾਂ, ਹੁਣ ਮੈਂ ਹੋ ਰਿਹਾ ਸੀ ਲੇਟ ਅਤੇ ਮੈਂ ਇਹਨਾਂ ਨੂੰ ਕਰ ਰਿਹਾ ਬਾਏ ਬਾਏ, ਅਤੇ ਨਿਕਲਣਾ ਹੈਗਾ ਬਠਿੰਡੇ ਨੂੰ। ਸਿੱਧਾ ਨੋਨ ਸਟੋਪ ਮੈਂ ਬਠਿੰਡੇ ਹੀ ਆ ਗਿਆ ਜੀ, ਕਿਤੇ ਨਹੀਂ ਰੁਕਿਆ ਰਸਤੇ 'ਚ। ਅਤੇ ਚਲੋ ਅੱਜ ਦੀ ਵੀਡੀਓ ਇੱਥੇ ਤੱਕ, ਹੋਪਫੁਲੀ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ, ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ, ਜਾਂਦੇ ਹੋ ਸਬਸਕ੍ਰਾਈਬਰ ਬਟਨ ਦਬਾ ਕੇ ਆਲ ਦੀ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਕਿ ਜਦੋਂ ਵੀ ਵੀਡੀਓ ਆਵੇ ਤੁਹਾਡੇ ਤੱਕ ਪਹੁੰਚ ਪਾਵੇ। ਥੈਂਕ ਯੂ ਸੋ ਮੱਚ ਮੇਰੀ ਵੀਡੀਓਜ਼ ਨੂੰ ਦੇਖਣ ਲਈ।